ना सुख्या होया हर रोज लेट ही आना जाम लग गया सी उच फस गया सी ट्रक ते आया जड़ा जाम च फस गया सी आया तो मोटरसाइकिल ते आ ना फिर मोटरसाइकिल ते केड़ा लाल बत्ती लगी हुई है जिनू देख के लोग राह छड़ देंगे प्यो नाल गल करन दी तमीज सिख सिख लंग जदों खुला टाइम होया नाले प्यो होंगे घरे होंगे इत्थे सिर्फ मेरे सीनियर हो ਹੁਣ ਆਪਾਂ ਕੰਮ ਦੀ ਗੱਲ ਕਰੀਏ ਤਿੰਨ ਮਹੀਨੇ ਹੋ ਗਏ ਤੈਨੂੰ ਬਿੱਲੂ ਬੰਸਲ ਦਾ ਕੇਸ ਦਿੱਤੇ ਨੂੰ ਹਜੇ ਤੱਕ ਉਹਦੀ ਬੇਲ ਕਿਉਂ ਨਹੀਂ ਹੋਈ ਬੇਲ ਕਿਵੇਂ ਹੋ ਜੂਗੀ ਪਿਛੀ ਤੇ ਤਾਂ ਗਿਆ ਨਹੀਂ ਨਾ ਬਿੱਲੂ ਬੰਸਲ ਨੂੰ ਕੋਰਟ ਦੀ ਮਾਨ ਮਰਿਆਦਾ ਦਾ ਜ਼ਰਾ ਖਿਆਲ ਨਹੀਂ ਉਹ ਤਾਂ ਗਿਆ ਸੀ ਮੈਂ ਹਾਜ਼ਰ ਨਹੀਂ ਹੋਇਆ ਨਾ ਵਕੀਲ ਹੋ ਕੇ ਤੈਨੂੰ ਇੰਨੀ ਅਕਲ ਨਹੀਂ ਕਿ ਇੱਕ ਵਕੀਲ ਦਾ ਪੇਸ਼ੀ ਤੇ ਹਾਜ਼ਰ ਹੋਣਾ ਕਿੰਨਾ ਜ਼ਰੂਰੀ ਹੈ ਮੈਂ ਕੀ ਕਰਾਂ ਤੀਜੇ ਦਿਨ ਤਾਂ ਜਾਮ 'ਚ ਫਸਿਆ ਰਹਿਣਾ ਕਿੰਨੇ ਵਾਰੀ ਕਿਹਾ ਕਚਹਿਰੀਆਂ ਦੇ ਕੋਲੇ ਕੋਠੀ ਪਾ ਲਓ ਤੂੰ ਕਚਹਿਰੀਆਂ ਕੋਲ ਕੋਠੀ ਭਾਲ ਦਾਂ ਮੇਰਾ ਤਾਂ ਤੈਨੂੰ ਉਹ ਚੋਂ ਕੱਢਣ ਨੂੰ ਜੀ ਕਰਦਾ ਜਿਹੜੀ ਆਲਰੇਡੀ ਪਾਈ ਹੋਈ ਆ ਹੁਣ ਤੱਕ ਇੱਕ ਕੇਸ ਜਿੱਤਣਾ ਤਾਂ ਦੂਰ ਦੀ ਗੱਲ ਤੇ ਤੋਂ ਇੱਕ ਸਿੰਪਲ ਜਿਹਾ ਕੇਸ ਦੀ ਜ਼ਮਾਨਤ ਨਹੀਂ ਕਰਾ ਹੋਈ ਜ਼ਮਾਨਤ ਸਵਾਹ ਕਰਾਵਾਂ ਪਹਿਲਾਂ ਵਕੀਲ ਦੀ ਜੱਜ ਕੋਲੇ ਪਹੁੰਚ ਤਾਂ ਕਰੋ ਤਿੰਨ ਵਾਰੀ ਜੱਜ ਸਾਹਿਬ ਆਪਣੀ ਕਾਰ 'ਚ ਬਿਠਾ ਕੇ ਮੈਨੂੰ ਜਾਮ ਚੋਂ ਕੱਢ ਕੇ ਲੈ ਕੇ ਆਏ ਨੇ ਅੱਧਾ ਇੰਪ੍ਰੈਸ਼ਨ ਤਾਂ ਬੰਦੇ ਦਾ ਉੱਥੇ ਹੀ ਡਾਊਨ ਹੋ ਜਾਂਦਾ ਇੰਪ੍ਰੈਸ਼ਨ ਦਾ ਕੋਰਟ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੁੰਦਾ ਮੰਮੀ ਜੀ ਕਹਿੰਦੇ ਸੀ ਹੁੰਦਾ ਦੇਖਣ ਪੱਖਣ ਨੂੰ ਚਾਹੀਦੀ ਬੰਦੇ ਨੂੰ ਕੱਖ ਨਾ ਆਉਂਦਾ ਹੋਵੇ ਪਰ ਇੰਪ੍ਰੈਸ਼ਨ ਗੁੱਡ ਪੈਣਾ ਚਾਹੀਦਾ ਸਾਲਾ ਦੇਖਣ ਪੱਖਣ ਨੂੰ ਕਹਾ ਮਾਂ ਤੇਰੀ ਸ਼੍ਰੀ ਦੇਵੀ ਸੀ ਆਪ ਤਾਂ ਚੜੇ ਲੜ ਗਈ ਸੀ ਫਿਰ ਉਹਨੂੰ ਮਿਲਿਆ ਵੀ ਬਾਅਦ ਚ ਕੀ ਭੂਤ ਬਸ ਇਹ ਭੂਤ ਤੇ ਚੜੇਲੇ ਰਲ ਕੇ ਇਹ ਸਾਲਾ ਰਾਖਸ਼ ਜੰਮ ਲਿਆ ਕਈ ਵਾਰੀ ਮੈਨੂੰ ਸ਼ੱਕ ਪੈਂਦਾ ਤੂੰ ਸਾਡੀ ਔਲਾਦ ਹੈ ਨਹੀਂ ਕਿਸੇ ਸਾਲੇ ਨੇ ਆਪਣਾ ਜਵਾਕ ਹਸਪਤਾਲ 'ਚ ਬਦਲਤਾ ਐ ਤੁਹਾਨੂੰ ਕੋਈ ਦੇ ਦੂ ਆਪਣਾ ਜਵਾਕ ਜਿਹੇ ਜੇ ਤੁਹਾਡੇ ਹਾਲਾਤ ਨੇ ਤੁਹਾਨੂੰ ਕੋਈ ਸੂਈ ਹੋਈ ਕੁੱਤੀ ਦਾ ਕਤੂਰਾ ਨਾ ਦਵੇ ਹੌਲੀ ਬਕਵਾਸ ਕਰ ਰੱਬ ਦਾ ਵਾਸਤਾ ਤੂੰ ਭਾਵੇਂ 12 ਵਜੇ ਆ ਜਾ ਕਰ ਪਰ ਮੇਰੇ ਨਾਲ ਆ ਕੇ ਕਚਹਿਰੀਆਂ 'ਚ ਬਹਿਸ ਨਾ ਕਰਿਆ ਕਰ ਤੇਰੀਆਂ ਇਹਨਾਂ ਹਰਕਤਾਂ ਕਰਕੇ ਵਕੀਲ ਯੂਨੀਅਨ 'ਚ ਸਾਡੀ ਥੂ ਥੂ ਹੋਈ ਪਈ ਆ ਕਈ ਵਕੀਲਾਂ ਨੇ ਚੈਂਬਰ ਦੇ ਬਾਹਰ ਲਿਖ ਕੇ ਲਾਇਆ ਹੋਇਆ ਜੇ ਕੇਸ ਲਾਣਾ ਤਾਂ ਸਾਡੇ ਕੋਲੋਂ ਜੇ ਉਹ ਲਾਣਾ ਤਾਂ ਢਿੱਲੋਂ ਕੋਲ ਜਾਓ ਡੈਡੀ ਹਾਇਟ ਨਾ ਹੋਵੋ ਹੌਸਲਾ ਰੱਖੋ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਉਹ ਤਾਂ ਜੱਜ ਦੇ ਬਿਨਾਂ ਅੰਦਰ ਨਹੀਂ ਵੜਦਾ ਤਾਂ ਪਾਇਆ ਚਾਹੁੰਦੇ ਕੀ ਹੋ ਬਿੱਲੂ ਦੀ ਜ਼ਮਾਨਤ ਕਰਾ ਦੇ ਹੋਰ ਮੈਂ ਤੇਰੇ ਕੋਲੋਂ ਕਤੂਰਾ ਮੰਗਿਆ